ਕਈ ਮਤਲਬ ਕਿ ਆਵਾਜ਼ਾਂ ਆਈਆਂ ਕਿ ਤੁਹਾਡੇ ਅਗਲਾ ਪਰਚਾ ਕਰੂਗਾ ਜੇ ਕਰੂਗਾ ਬਟ ਸਾਡੇ ਨਾਲ ਕਿਸਾਨ ਜੀ ਉਹਨੇ ਕਿਹਾ ਅਸੀਂ ਤੁਹਾਡੇ ਨਾਲ ਆ ਤੇ ਸਾਡਾ ਕਿਸਾਨ ਜੀ ਉਹਨੇ ਬਹੁਤ ਵਧੀਆ ਸਹਿਯੋਗ ਦਿੱਤਾ ਅਸੀਂ ਇਸ ਤੋਂ ਅੱਗੇ ਵੀ ਇਦਾਂ ਦੀ ਵੀਡੀਓ ਬਣਾਉਂਦੇ ਆਵਾਂਗੇ ਤੇ ਇਦਾਂ ਵੀਡੀਓ ਬਣਾਉਂਦੇ ਰਹਾਂਗੇ ਗੱਲ ਇਹ ਹੈ ਸਾਡੇ ਸਾਰੇ ਬੈਠੇ ਨੇਗੇ ਨੌਜਵਾਨੋ ਅੱਜ ਸੌ ਥਾਂ ਤੇ ਜਾਇਓ ਜਿੱਥੇ ਵੀ ਧਰਨਾ ਹੋਊਗਾ ਅਸੀਂ ਪਹੁੰਚਿਆ ਕਰਾਂਗੇ ਜੇ ਆਪਣੇ ਆਹ ਦੇਖ ਲਓ ਅੱਜ ਪਹਿਲੀ ਵਾਰ ਤੁਸੀਂ ਧਰਨੇ ਦੇ ਵਿੱਚ ਨੌਜਵਾਨ ਦੇਖੇ ਹੋਣਗੇ ਆਪਣੇ ਬਜ਼ੁਰਗ ਆਪਣੇ ਬੋਰੇ ਆਪਣੇ ਲਈ ਕਿੰਨਾ ਕੁ ਟਾਈਮ ਲੜਦੇ ਰਹਿਣਗੇ ਕੰਮ ਤਾਂ ਆਪਣਾ ਆਪਾਂ ਬਾਹਰਲੇ ਕੰਟਰੀ ਦੇ ਵਿੱਚ ਜਾਈ ਜਾਂਦੇ ਹਾਂ ਤੁਸੀਂ ਇੱਕ ਗੱਲ ਕਰਨ ਕਹੋਗੇ ਤੁਹਾਨੂੰ ਅਸੀਂ ਨੌਜਵਾਨਾਂ ਨੂੰ ਸਾਨੂੰ ਮੈਸੇਜ ਆਉਂਦੇ ਰਹਿੰਦੇ ਨੇ ਵੀ ਸਾਨੂੰ ਕੰਮ ਨਹੀਂ ਮਿਲਿਆ ਬਹਿਮ ਹੈ ਬਾਹਰ ਜਾ ਕੇ ਵੀ ਬਹੁਤ ਔਖਾ ਕੰਮ ਕਰਨਾ ਬਹੁਤ ਵੱਡਾ ਜੇ ਆਪਣਾ ਪੰਜਾਬ ਨੂੰ ਇੱਥੇ ਆਪਾਂ ਤਰੱਕੀ ਦੇ ਰਾਸਤੇ ਲੈ ਆਵਾਂਗੇ ਆਪਣਾ ਕਹੋਗੇ ਪੰਜਾਬ ਦੀ ਧਰਤੀ ਉਪਜਾਊ ਇੰਨੀ ਆਪਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਪੈਣੀ ਜੇ ਆਪਾਂ ਗੌਰ ਕਰ ਲਈਏ ਨੌਜਵਾਨੋ ਧਰਨਾ ਦੇ ਵਿੱਚ ਆਇਆ ਕਰੋ ਆਉਣਾ ਜ਼ਰੂਰੀ ਆ ਆਪਣੇ ਬਾਪੂਆਂ ਰਜ਼ਾਨਾ ਨੂੰ ਤੁਰਾਂ ਨਹੀਂ ਆਉਂਦਾ ਬੈਠੇ ਨੇਗੇ ਇਹ ਆ ਜਾਂਦੇ ਨੇਗੇ ਆਪਾਂ ਆਪ ਆਇਆ ਕਰੋ ਚੱਲ ਕੇ ਯਾਰ ਸਾਰੇ ਨੌਜਵਾਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿਤੇ ਵੀ ਧਰਨਾ ਹੋਇਆ ਕਰੋ ਥੋੜਾ ਇਹ ਕਹੋਗੇ ਸਾਡਾ ਥੋੜਾ ਬਿਜੀ ਸ਼ਡਿਊਲ ਰਿਹਾ ਅਸੀਂ ਜ਼ਰੂਰ ਅਸੀਂ ਪਹੁੰਚਿਆ ਕਰਾਂਗੇ ਸਾਡੀ ਪੂਰੀ ਪੂਰੀ ਕੋਸ਼ਿਸ਼ ਹੋਊ ਕਈ ਵਾਰ ਕਿਸੇ ਧਰਨੇ ਨਾ ਪਹੁੰਚੇਗਾ ਤਾਂ ਅਸੀਂ ਮਾਫੀ ਚਾਹਾਂਗੇ ਪਰ ਨੌਜਵਾਨਾਂ ਨੂੰ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਜੇ ਇੱਕ ਤੁਸੀਂ ਗੱਲ ਸਭ ਤੋਂ ਵੱਡੇ ਨੌਜਵਾਨਾਂ ਦੀ ਸੁਣਵਾਈ ਗੱਲ ਦੱਸਦਾ ਨੌਜਵਾਨਾਂ ਦੇ ਵਿੱਚ ਸ਼ਕਤੀ ਕੀ ਹੁੰਦੀ ਹੈ ਭਾਰਤ ਆਜ਼ਾਦ ਕਰਾਉਣ ਦੇ ਲਈ ਹੋਰ ਵੀ ਬਹੁਤ ਵੱਡੇ ਵੱਡੇ ਲੀਡਰ ਸੀਗੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਤੋਂ ਉਹ ਕੰਮ ਨਹੀਂ ਹੋਇਆ ਜਿਹੜਾ ਇੱਕ 24 ਸਾਲ ਦੇ ਨੌਜਵਾਨ ਭਗਤ ਸਿੰਘ ਨੇ ਕਰਤਾ ਸੀਗਾ ਜਦੋਂ ਨੌਜਵਾਨ ਨੇ ਸ਼ਹੀਦੀ ਦਿੱਤੀ ਤਾਂ ਸਾਰਾ ਇੰਡੀਆ ਹੱਲ ਗਿਆ ਸੀ ਨੌਜਵਾਨ ਦਾ ਇੰਨਾ ਖੂਨ ਤੇਜ ਹੁੰਦਾ ਹੈ ਤੁਸੀਂ ਗੱਲ ਯਾਦ ਰੱਖੋ ਜਦੋਂ ਕਿਤੇ ਨੌਜਵਾਨ ਅੱਗੇ ਆ ਜਾਣ ਜੇ ਕਿਤੇ ਅੱਜ ਹੀ ਇਹ ਕੰਮ ਕਰ ਦਈਏ ਮੈਂ ਕਹਿੰਦਾ ਅੱਜ ਕੀ ਨਾ ਮਿਲ ਜੇ ਮੈਂ ਕਹਿੰਦਾ ਖਿੱਚ ਦੋ ਮਿਲਕ ਨਹੀਂ ਨੂੰ ਅੱਜ ਹੀ ਚੱਕ ਦਿੰਦਾ ਕੰਮ ਨੂੰ ਜੇ ਤੁਸੀਂ ਲੋੜ ਨੌਜਵਾਨ ਦਾ ਇੰਨਾ ਖੂਨ ਤੇਜ ਹੁੰਦਾ ਜੇ ਭਗਤ ਸਿੰਘ ਨੇ ਕੁਰਬਾਨੀ ਦਿੱਤੀ 24 ਸਾਲ ਦੇ ਹੋਰ ਕੋਈ ਮੈਂ ਸਿੱਧੀ ਜੀ ਗੱਲ ਨਾਲ ਚਰਖਾ ਚੁਰਖਾ ਦਾ ਆਜ਼ਾਦੀ ਨਹੀਂ ਆਈ ਤਾਂ ਜੇ ਉਹਨੇ ਸ਼ਹੀਦੀ ਦਿੱਤੀ ਸੀਗੀ ਤਾਂ ਠੀਕ ਆ ਬਣੂ ਆਜ਼ਾਦੀ ਮਿਲੂ ਨੌਜਵਾਨਾਂ ਦਾ ਭਗਤ ਸਿੰਘ ਦਾ ਐਡਾ ਵੱਡਾ ਨੌਜਵਾਨਾਂ ਦਾ ਖੂਨ ਖੌਲਦਾ ਤੇ ਨੌਜਵਾਨਾਂ ਦਾ ਖੂਨ ਇੰਨਾ ਤੇਜ਼ ਹੁੰਦਾ ਇਹ ਗੱਲ ਯਾਦ ਰੱਖਿਓ ਜੇ ਕਿਤੇ ਅੱਜ ਨੌਜਵਾਨ ਸਾਡੇ ਵੀਰ ਮਿੱਥ ਲੈਣ ਵੀ ਅੱਜ ਹੀ ਮੋਹਰੇਟ ਲੈਣਾ ਅੱਜ ਕੇ ਨਾ ਆਪਣੇ ਪੈਸੇ ਧਰ ਦਿਓ ਕਿਉਂਕਿ ਉਹ ਦੇਖਿਆ ਉਹਨਾਂ ਨੇ ਇੱਕ ਮਿੰਟ ਤੁਸੀਂ ਗੱਲ ਸੁਣੋ ਹੋਰ ਦੱਸਦਾ ਜਿਹੜੇ ਬੰਦੇ ਨੇ ਕਰੋੜਾਂ ਰੁਪਇਆ ਆਪਣਾ ਪਿਛਲਾ ਮੰਨ ਕੇ ਚੱਲੋ ਆਪਣਾ ਪਿਆ ਕੰਨੇ ਦਾ ਬਕਾਇਆ ਇਹ ਕੀ ਕਰਦੇ ਨੇ ਬਿਜ਼ਨਸਮੈਨ ਬੰਦੇ ਕੀ ਕਰਦੇ ਨੇਗੇ ਇਹ ਕਰੋੜਾਂ ਰੁਪਇਆ ਜਾ ਕੇ ਬਾਹਰ ਉਹਦਾ ਜਾ ਕੇ ਪਰਤ ਲੈਂਦੇ ਸਾਡੇ ਕਿਸਾਨਾਂ ਦਾ ਪੈਸਾ ਉਹਦਾ ਵਿਆਜ ਆਪਦੀ ਏਡੇ ਏਡਿਆ ਸ਼ੀਮਨਾਂ ਦੇ ਵਿੱਚ ਏਡੇ ਅੰਡਰਾਠੀਆਂ ਖੜੇ ਕਰ ਲੈਂਦੇ ਨੇਗੇ ਤੁਹਾਡੇ ਪੈਸੇ ਦੀਆਂ ਕਿ ਉਹਨਾਂ ਨੇ ਉਹ ਪੈਸਾ ਹੋਰ ਤਾਂ ਵਰਤ ਲੈਣਾ ਹੁੰਦਾ ਇਹੀ ਕੰਮ ਆੜ੍ਹਤੀਆਂ ਦਾ ਹੁੰਦਾ ਆੜ੍ਹਤੀਆਂ ਦਾ ਕਹਿੰਦੇ ਮੰਨ ਕੇ ਚੱਲੋ ਆਪਣੀ ਫਸਲ ਵਿਕ ਗਈ ਮਹੀਨੇ ਬਾਅਦ ਆਪਣੇ ਚੱਕ ਦੇਣੇ ਹੁੰਦੇ ਨੇ ਆਪਣੇ 10 ਲੱਖ ਰੁਪਇਆ ਆੜ੍ਹਤੀ ਕੋਲ ਪਿਆ ਇੱਕ ਮਹੀਨੇ ਦੇ ਇੱਕ ਮਹੀਨੇ ਦਾ ਵਿਆਜ ਤੁਸੀਂ ਲਾ ਕੇ ਦੇਖੋ 10 ਲੱਖ ਦਾ ਕਿੰਨਾ ਬਣ ਗਿਆ ਜੇ ਇੱਕ ਮਹੀਨਾ ਤੁਹਾਡਾ ਆੜ੍ਹਤ ਨੇ 10 ਲੱਖ ਰੁਪਇਆ ਵਰਤ ਲਿਆ ਤਾਂ ਉਹਦਾ ਵਿਆਜ ਦੇਖੋ ਕਿੰਨਾ ਬਣਦਾ ਮੇਰੇ ਹਿਸਾਬ ਨਾਲ 10 ਲੱਖ ਦਾ ਮਹੀਨਾ 1 ਰੁਪਏ ਦੇ ਹਿਸਾਬ ਨਾਲ 10,000 ਵਿਆਜ ਬਣਦਾ ਜੇ 2 ਰੁਪਏ ਦੇ ਹਿਸਾਬ ਨਾਲ ਤਾਂ 20,000 ਰੁਪਇਆ ਵਿਆਜ ਦਾ ਬਣਦਾ 10 ਲੱਖ ਦਾ ਆ ਇੱਕ ਮੋਦੀ ਸਾਹਿਬ ਨੇ ਇੱਕ ਸਕੀਮ ਚਲਾਈ ਸੀਗੀ ਮੋਦੀ ਸਾਹਿਬ ਨੇ 2,000 ਰੁਪਏ ਆਪਣੇ ਸਾਰੇ ਕਿਸਾਨਾਂ ਨੂੰ ਦਿੱਤਾ ਗਾ ਉਹਦੇ ਵਿੱਚ ਕਿਹਾ ਸੀ ਕਿ ਜਿਨ੍ਹਾਂ ਕੋਲੇ 5 ਕਿੱਲਾ ਤੋਂ ਘੱਟ ਜ਼ਮੀਨ ਹੈ ਉਹਨਾਂ ਨੂੰ ਅਸੀਂ 2,000 ਰੁਪਇਆ ਦੇਵਾਂਗੇ ਉਹ 2,000 ਰੁਪਇਆ ਕੋਈ 5 ਘੱਟ ਕਿੱਲਾ ਨੂੰ ਮਿਲਿਆ ਕੋਈ